ਸਤਿ ਸ਼੍ਰੀ ਅਕਾਲ ਦੋਸਤੋ, ਮੈਂ ਤੁਹਾਡਾ ਧੀਰਜ ਵਡੇਰਾ। ਅੱਜ ਇੱਕ ਹੋਰ ਬੜੀ ਵਧੀਆ ਖੁਸ਼ਖਬਰੀ ਆਈ ਹੈ। ਗੁਰਪ੍ਰੀਤ ਕੌਰ ਨੇ, ਜਿਨ੍ਹਾਂ ਦੀ ਕਿ ਅਸੀਂ ਲਾਸਟ ਵੀਡੀਓ ਵਿਖਾਈ ਸੀ ਕੋਸਟ ਲੈਟਰ ਦੀ, ਅਤੇ ਉਹਨਾਂ ਅਤੇ ਉਹਨਾਂ ਦੀ ਫੈਮਲੀ ਦਾ ਯੂਕੇ ਨਰਸਿੰਗ ਵੀਜ਼ਾ ਆਇਆ ਹੈ ਉਹਨਾਂ ਦਾ, ਅਤੇ ਅੱਜ ਮੈਂ ਅਤੇ ਮੇਰੀ ਟੀਮ ਆਈ, ਸੋਚਿਆ ਜੋ ਜਾ ਕੇ ਉਹਨਾਂ ਨੂੰ ਸਰਪ੍ਰਾਈਜ਼ ਦਿੰਦੇ ਹਾਂ। ਅਸੀਂ ਅੱਜ ਸਾਰੀ ਮੇਰੀ ਟੀਮ ਅਤੇ ਮੇਰੀ ਅਸੀਂ ਉੱਥੇ ਬਲਾਚੌਰ ਜਾ ਰਹੇ ਹਾਂ, ਅਤੇ ਉਸ ਤੋਂ ਬਾਅਦ ਆਓ ਤੁਹਾਨੂੰ ਅੱਗੇ ਵਿਖਾਉਂਦੇ ਹਾਂ ਵੀ ਉਹਨਾਂ ਨੂੰ ਸਰਪ੍ਰਾਈਜ਼ ਕਰਦੇ ਹਾਂ ਜਾ ਕੇ, ਉਹ ਕੀ ਸੋਚਦੇ ਨੇ ਕਿ ਉਹਨਾਂ ਸਾਰੀ ਫੈਮਲੀ ਦਾ ਅਤੇ ਬੱਚਿਆਂ ਦਾ ਵੀਜ਼ਾ ਆਇਆ। ਅਤੇ ਇਹ ਸਾਡੇ ਨਾਲ ਨੇ ਜੀ, ਸਾਡੇ ਸੋਨਾਲੀ ਮੈਮ ਜੀ, ਇਹਨਾਂ ਨੇ ਬੜੀ ਮਿਹਨਤ ਕੀਤੀ ਹੈ ਜੀ, ਤਾਂ ਅਸੀਂ ਲੈ ਕੇ ਚੱਲੇ ਹਾਂ। ਉਸ ਤੋਂ ਇਲਾਵਾ ਸਾਡੇ ਮਨਪ੍ਰੀਤ ਮੈਮ, ਇਹਨਾਂ ਨੇ ਬਹੁਤ ਮਿਹਨਤ ਕੀਤੀ ਹੈ ਜੀ ਉਹਨਾਂ ਨੂੰ ਇੰਟਰਵਿਊ ਪ੍ਰਪਰੇਸ਼ਨ ਵਾਸਤੇ, ਇਹਨਾਂ ਬਾਰੇ ਤੁਹਾਨੂੰ ਵਿਸਥਾਰ 'ਚ ਅਸੀਂ ਇਹਨਾਂ ਦਾ ਵੀ ਇੰਟਰਵਿਊ ਲਾਂਗੇ। ਉਸ ਤੋਂ ਬਾਅਦ ਸਾਡੇ ਮੀਨਾਕਸ਼ੀ ਮੈਮ ਨੇ ਅਤੇ ਕੈਮਰਾਮੈਨ ਰੋਸ਼ਨੀ ਜੀ ਦੇ ਨਾਲ, ਅਤੇ ਆਓ ਫਿਰ, ਅੱਜ ਬਾਰਿਸ਼ ਪੈ ਰਹੀ ਹੈ ਅਤੇ ਹੁਣ ਆਪਾਂ ਦੇਖਦੇ ਹਾਂ ਅੱਗੇ, ਵਾਹਿਗੁਰੂ ਮਿਹਰ ਕਰੇ ਵੀ ਜਲਦੀ ਟਾਈਮ 'ਤੇ ਪਹੁੰਚੀਏ, ਅਤੇ ਉਸ ਤੋਂ ਬਾਅਦ ਤੁਹਾਨੂੰ ਨਵਾਂ ਅਪਡੇਟ ਦਿੰਦੇ ਹਾਂ। ਕਾਫੀ ਬਾਰਿਸ਼ ਹੈ ਅਤੇ ਅਸੀਂ ਰੋਪੜ ਦੀ ਨਹਿਰ ਦੇ ਉੱਪਰੋਂ ਜਾ ਰਹੇ ਹਾਂ। ਵਿਊ ਬੜਾ ਪਿਆਰਾ, ਸਾਰਿਆਂ ਨੂੰ ਦਿਖਾਈਏ ਕਿੰਨਾ ਪਿਆਰਾ ਵਿਊ ਆ ਰਿਹਾ ਅਤੇ ਕਿੰਨਾ ਸੋਹਣਾ ਉੱਧਰ ਉਹ ਹੈ, ਪੁੱਲ ਦੇ ਉੱਪਰ ਬੜਾ ਅੱਛਾ ਲੱਗ ਰਿਹਾ। ਮੈਂ ਕਿਹਾ ਸਾਰਿਆਂ ਨਾਲ ਵਿਊ ਸ਼ੇਅਰ ਕਰ। ਬਹੁਤ ਅੱਛਾ ਲੱਗ ਰਿਹਾ, ਦੇਖੋ ਵੀ ਪਰਮਾਤਮਾ ਦਾ ਸ਼ੁਕਰ ਕਰਦੇ ਹਾਂ ਵੀ ਦੁਨੀਆਂ ਦਾ ਵਧੀਆ ਕੰਮ ਕਰੋ, ਅਤੇ ਦੁਨੀਆ ਗੁਰਦੁਆਰਾ ਸਾਹਿਬ ਹੈ ਜੀ, ਸਤਨਾਮ ਸ਼੍ਰੀ, ਅਤੇ ਦੁਨੀਆਂ ਦਾ ਕੋਈ ਚੰਗਾ ਕੰਮ ਕਰੋਗੇ, ਦੁਨੀਆਂ ਕਿੰਨੀ ਦੂਰੋਂ ਦੂਰੋਂ ਤੁਹਾਡੇ ਕੋਲ ਆਉਂਦੀ ਹੈ। ਅੱਜ ਪਹਿਲੀ ਵਾਰ ਇੱਦਾਂ ਪਿੰਡ ਟਾਈਮ ਬਾਅਦ ਇੱਦਾਂ ਅਸੀਂ ਆਏ ਹਾਂ, ਨਿਕਲੇ, ਬੜਾ ਅੱਛਾ ਲੱਗ ਰਿਹਾ ਅਤੇ ਦੁਨੀਆਂ ਕਿੰਨੀ ਦੂਰੋਂ ਸਾਨੂੰ ਵੇਖ ਕੇ ਆਈ। ਬੜਾ ਸ਼ੁਕਰ ਹੈ ਬਾਬੇ ਨਾਨਕਾ ਤੁਹਾਡਾ ਵੀ ਤੁਸੀਂ ਇੱਦਾਂ ਹੀ ਸਾਡਾ ਅਖਬਾਰ ਬਣਾਈ ਰੱਖਿਓ ਅਤੇ ਲੋਕਾਂ ਦੇ ਵੀਜ਼ੇ ਲਵਾਉਂਦੇ ਰਹੀਏ, ਅਤੇ ਅਸੀਂ ਇੱਦਾਂ ਇੱਦਾਂ ਕਈ ਵਾਰ ਆ ਕੇ ਉਹਨਾਂ ਨੂੰ ਆਸ਼ੀਰਵਾਦ ਲੈਂਦੇ ਰਹੀਏ ਉਹਨਾਂ ਦੇ ਬਜ਼ੁਰਗਾਂ ਦਾ, ਪਲੱਸ ਨਾਲ ਉਹਨਾਂ ਨਾਲ ਐਕਸਪੀਰੀਅੰਸ ਸ਼ੇਅਰ ਕਰਦੇ ਰਹੀਏ। ਚਲੋ ਵਧੀਆ ਗੱਲ ਹੈ ਜੀ, ਬਜ਼ੁਰਗਾਂ ਨੂੰ ਪਤਾ ਹੁੰਦਾ, ਇਹਨਾਂ ਨੂੰ ਪਤਾ ਲੱਗ ਗਿਆ, ਵਾਕਈ ਅਸੀਂ ਵਧਾਈਆਂ ਦੇਣ ਆਏ ਆ, ਲੱਗ ਗਿਆ ਜੀ। ਚਲੋ ਥੈਂਕ ਯੂ ਸੋ ਮਚ ਜੀ, ਅਸੀਂ ਐਕਚੁਅਲ ਇਹਨਾਂ ਨੂੰ ਦੋ ਤਿੰਨ ਦਿਨ ਦਾ ਫੋਨ ਹੀ ਚੱਕ ਰਹੇ ਸੀਗੇ, ਸਾਨੂੰ ਜੇ ਅਸੀਂ ਸਰਪ੍ਰਾਈਜ਼ ਦੇਈਏ ਜਾ ਕੇ ਵੀ ਤੁਹਾਨੂੰ ਵੀਜ਼ਾ ਆ ਗਿਆ, ਤੇ ਵੇਖੋ ਬਜ਼ੁਰਗਾਂ ਨੂੰ ਕਿੰਨੀ ਉਹ ਹੁੰਦੀ ਹੈ, ਉਹ ਸਮਝ ਆਉਂਦੀ ਹੈ ਉਹਨਾਂ, ਤੇ ਤੁਸੀਂ ਵੇਖ ਲਓ ਵੀ ਪਛਾਣ ਲਿਆ ਵੀ ਅਸੀਂ ਦੇਣਾ ਆ। ਚਲੋ ਪਹਿਲਾਂ ਤਾਂ ਬਹੁਤ ਮੁਬਾਰਕਾਂ ਮੈਮ, ਤੁਹਾਨੂੰ ਵੀਜ਼ਾ ਆ ਗਿਆ ਤੁਹਾਡਾ, ਬਹੁਤ ਬਹੁਤ ਉਸੇ ਵਾਸਤੇ ਹੀ ਅਸੀਂ ਆਏ ਹਾਂ, ਤੁਸੀਂ ਕਹਿ ਰਹੇ ਸੀ ਕਿਉਂ ਅਸੀਂ ਸੈਮੀਨਾਰ 'ਤੇ ਚੱਲੇ ਹਾਂ, ਅਸੀਂ ਇਸੇ ਵਾਸਤੇ ਹੀ ਆਏ ਹਾਂ ਮੈਮ, ਖੁਸ਼ ਹੋ ਮੈਮ। ਚਲੋ ਨਾ ਥੈਂਕ ਯੂ ਜੀ, ਚਲੋ ਵਧੀਆ, ਬਲਕਿ ਵੱਡਿਆਂ ਨੂੰ ਮੈਨੂੰ ਬੜਾ ਵਧੀਆ ਲੱਗਦਾ ਜੀ, ਅਤੇ ਤੁਹਾਡਾ ਵੀ ਆਸ਼ੀਰਵਾਦ ਲਾਂਗੇ, ਅਤੇ ਚਲੋ ਹੁਣ ਪਾਣੀ ਪੂਣੀ ਕਹਾਂਗੇ। ਬਹੁਤ ਅੱਛਾ ਰਿਹਾ, ਔਰ ਇਹਨਾਂ ਨੇ ਮੈਨੂੰ ਬਹੁਤ ਵਧੀਆ ਗਾਈਡ ਕੀਤਾ, ਔਰ ਸਟੈਪ ਬਾਏ ਸਟੈਪ ਜਿਹੜਾ ਮੇਰਾ ਸਾਰਾ ਪੂਰਾ ਕੰਪਲੀਟ ਕਰਾਇਆ ਪ੍ਰੋਸੈਸ, ਅਤੇ ਫਾਈਨਲੀ ਅੱਜ ਮੈਂ ਵੀਜ਼ਾ ਲਿਆ ਆਪਣਾ। ਇਹ ਜਿਹੜਾ ਇਹਨਾਂ ਦਾ ਮੈਨੂੰ ਰੈਫਰੈਂਸ ਮਿਲਿਆ ਸੀ ਕਿਤੇ, ਅਤੇ ਫਿਰ ਉੱਥੇ ਜਾ ਕੇ ਮੇਰੇ ਬ੍ਰਦਰ ਇਨ ਲਾਅ ਜਿਹੜੇ ਅਪਲਾਈ ਕਰਕੇ ਆਏ, ਅਤੇ ਉਸ ਤੋਂ ਬਾਅਦ ਇਹਨਾਂ ਨੇ ਮੇਰੀ ਜਿਹੜੀ ਇੰਟਰਵਿਊ ਪ੍ਰੈਪਰੇਸ਼ਨ ਕਰਵਾਈ, ਦੈਨ ਆਫਟਰ ਦੈਟ ਮੇਰਾ ਜਿਹੜਾ ਇੰਟਰਵਿਊ ਹੋਇਆ ਉਹ ਮੈਂ ਕਲੀਅਰ ਕੀਤਾ, ਫਸਟ ਅਟੈਂਪਟ ਦੇ ਵਿੱਚ ਹੀ ਕਲੀਅਰ ਹੋ ਗਿਆ, ਦੈਨ ਆਫਟਰ ਦੈਟ ਮੇਰੀ ਜਿਹੜੀ ਕੋਜ਼ ਰਿਲੀਜ਼ ਹੋਈ, ਫਿਰ ਉਸ ਤੋਂ ਬਾਅਦ ਅਸੀਂ ਵੀਜ਼ਾ ਅਪਲਾਈ ਕੀਤਾ, ਮਤਲਬ ਸਟੈਪ ਬਾਏ ਸਟੈਪ ਇਹਨਾਂ ਨੇ ਮੇਰੀ ਪੂਰੀ ਹੈਲਪ ਕੀਤੀ, ਪੂਰੇ ਸਟਾਫ ਨੇ, ਅਤੇ ਫਾਈਨਲੀ ਤੁਸੀਂ ਦੇਖ ਰਹੇ ਹੋ ਵੀਜ਼ਾ ਮੇਰੇ ਹੱਥ ਵਿੱਚ ਹੈ, ਔਰ ਅਸੀਂ ਜਿਹੜਾ ਕਿ ਪੂਰੀ ਫੈਮਲੀ ਨੇ ਵੀਜ਼ਾ ਅਪਲਾਈ ਕੀਤਾ ਸੀਗਾ, ਔਰ ਸਾਡਾ ਚਾਰਾਂ ਦਾ ਹੀ ਜਿਹੜਾ ਵੀਜ਼ਾ ਆ,
विद इन 10 डेज जिहड़ा असीं रिसीव कर लिया है।